ਅੱਜ ਮੈਂ ਤੁਹਾਨੂੰ ਸਭ ਨੂੰ ਪੰਜਾਬ ਦੇ ਆਵਾਮ ਨੂੰ ਪੰਜਾਬ ਦੀ ਜਨਤਾ ਨੂੰ ਪੰਜਾਬ ਦੇ ਵੋਟਰ ਨੂੰ ਵਧਾਈ ਦੇਣਾ ਚਾਹੁੰਦਾ ਕਿ ਤੁਹਾਡੇ ਪ੍ਰੈਸ਼ਰ ਸਦਕਾ ਤੁਹਾਡੇ ਜੋ ਤੁਸੀਂ ਸੰਗਰੂਰ ਦੇ ਵਿੱਚ 3 ਮਹੀਨਿਆਂ ਚ ਆਮ ਆਦਮੀ ਪਾਰਟੀ ਦੀ ਗਲਤ ਰੀਤੀਆਂ ਦਾ ਵਿਰੋਧ ਕਰਕੇ ਜਿਹੜਾ ਗੱਡ ਸੀ ਭਗਵੰਤ ਮਾਨ ਦਾ ਉਹ ਜਦੋਂ ਤੁਸੀਂ ਲੋਕ ਸਭਾ ਹਰਾਇਆ ਉਸ ਦਿਨ ਤੋਂ ਸਰਕਾਰ ਨੂੰ ਪਤਾ ਲੱਗਣ ਲੱਗ ਗਿਆ ਕਿ ਆਮ ਜਨਤਾ ਆਪੇ ਹੀ ਆਪੋਜੀਸ਼ਨ ਦਾ ਰੋਲ ਅਦਾ ਕਰਨ ਲੱਗ ਗਈ ਹੈ ਤਾਂ ਹੀ ਅੱਜ ਤੁਸੀਂ ਦੇਖੋਗੇ ਕਿ ਤਿੰਨ ਵੱਡੇ ਮੋਰਚੇ ਲੱਗੇ ਨੇ ਲਤੀਫਪੁਰਾ ਔਰ ਜ਼ੀਰਾ ਡਿਸਟਿਲਰੀ ਦੇ ਖਿਲਾਫ ਔਰ ਬਰਗਾੜੀ ਤੇ ਇਹਦੇ ਇਸ ਪ੍ਰੈਸ਼ਰ ਦੇ ਕਰਕੇ ਅੱਜ ਭਗਵੰਤ ਮਾਨ ਨੂੰ ਆਪਣੇ ਇੱਕ ਪ੍ਰਸ਼ਤ ਮੰਤਰੀ ਨੂੰ ਕਰਪਟ ਮੰਤਰੀ ਨੂੰ ਐਕਸਟਰਸ਼ਨਿਸਟ ਜਿਹੜਾ ਜਿਹੜਾ ਮਿਨਿਸਟਰ ਆਪਣੇ ਸਟਾਫ ਨਾਲ ਮਿਲ ਕੇ ਉਗਰਾਹੀ ਕਰਨ ਦਾ ਸਾਜ਼ਿਸ਼ ਘੜ ਰਿਹਾ ਸੀਗਾ ਫੌਜਾ ਸਿੰਘ ਸਰਾਰੀ ਉਹਨੂੰ ਅੱਜ ਆਪਣੀ ਕੈਬਨਿਟ ਚੋਂ ਕੱਢਣਾ ਪਿਆ ਆ ਇਹਦੇ ਇਸ ਤੇ ਵਧਾਈ ਦੇ ਪਾਤਰ ਤੁਸੀਂ ਸਾਰੇ ਹੋ ਤੁਹਾਡੇ ਤੋਂ ਬਾਅਦ ਅਗਰ ਕਿਸੇ ਨੇ ਰੋਲ ਅਦਾ ਕੀਤਾ ਤਾਂ ਉਹ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਅਦਾ ਕੀਤਾ ਅਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪੂਰਾ ਚੱਕਾ ਜਾਮ ਰੱਖਿਆ ਪਿਛਲੀ ਵਿਧਾਨ ਸਭਾ ਹੁਣ ਤਾਂ ਇਹਨਾਂ ਨੇ ਕਰਾਈ ਨਹੀਂ ਦਸੰਬਰ ਚ ਡਰਦਿਆਂ ਨੇ ਕਿ ਸਾਨੂੰ ਹੋਰ ਮੁੱਦਿਆਂ ਦੇ ਘੇਰਣਗੇ ਤਾਂ ਜਦੋਂ ਪਿਛਲਾ ਸੈਸ਼ਨ ਹੋਇਆ ਉਦੋਂ ਅਸੀਂ 5 ਦਿਨ ਲਗਾਤਾਰ ਪੂਰਾ ਚੱਕਾ ਜਾਮ ਰੱਖਿਆ ਕਿ ਇਸ ਤਰ੍ਹਾਂ ਦਾ ਮਨਿਸਟਰ ਜਿਹੜਾ ਆਪਣੇ ਸਟਾਫ ਨਾਲ ਸਾਜ਼ਿਸ਼ ਕਰਕੇ ਪਹਿਲਾਂ ਕਹਿੰਦਾ ਵਪਾਰੀਆਂ ਨੂੰ ਫਸਾ ਲਈਏ ਫਿਰ ਆਪਾਂ ਉਹ ਤੋਂ ਪੈਸੇ ਉਗਰਾਹਾਂਗੇ ਇਹ ਤਾਂ ਭ੍ਰਿਸ਼ਟਾਚਾਰ ਨਾਲੋਂ ਵੀ ਜ਼ਿਆਦਾ ਡੇਂਜਰਸ ਜਿਹੜਾ ਸਿਗਾ ਇਲਜ਼ਾਮ ਸਿਗਾ ਉਹਦੇ ਵਿੱਚ ਮੈਂ ਤਾਰੀਫ਼ ਕਰਨਾ ਚਾਹੁੰਦਾ ਸਾਰੇ ਕਾਂਗਰਸ ਦੇ ਐਮ ਐਲ ਏ ਸਦਾ ਔਰ ਸਾਡੇ ਲੀਡਰ ਆਫ ਓਪੋਜੀਸ਼ਨ ਪ੍ਰਤਾਪ ਸਿੰਘ ਬਾਜਵਾਦਾ ਉਹਨਾਂ ਨੇ ਪੂਰਾ ਚੱਕਾ ਜਾਮ ਜਨੂੰ ਕਹਿੰਦੇ ਕਰਕੇ ਰੱਖਿਆ ਔਰ ਸਰਕਾਰ ਦੇ ਕੋਲ ਕੋਈ ਜਵਾਬ ਨਹੀਂ ਸਿਗਾ ਇਸ ਕਰਕੇ ਅੱਜ ਉਹਨਾਂ ਨੂੰ ਭਗਵੰਤ ਮਾਨ ਨੂੰ ਹਟਾਉਣਾ ਪਿਆ ਹੁਣ ਪਿਛਲੇ 10 ਮਹੀਨਿਆਂ ਵਿੱਚ ਦੋ ਮਨਿਸਟਰਜ਼ ਨੂੰ ਕਰਪਸ਼ਨ ਦੇ ਕਰਕੇ ਕੱਢਣਾ ਪਿਆ ਗਿਆ ਭਗਵੰਤ ਮਾਨ ਨੂੰ ਇੱਕ ਪਹਿਲਾਂ ਡਾਕਟਰ ਵਿਜੇ ਸਿੰਘਲਾ ਉਹ ਆਪੇ ਭਗਵੰਤ ਮਾਨ ਨੇ ਕੱਢਦਾ ਕਿ ਮੈਂ ਸੁਣ ਲਿਆ ਮੈਂ ਕੱਢਦਾ ਦੱਸਿਆ ਕਿਸੇ ਨੂੰ ਕੁਝ ਨਹੀਂ ਔਰ ਉਹਨੂੰ ਉਹਦੇ ਤੇ ਐਫ ਆਈ ਆਰ ਦਰਜ ਕਰਕੇ ਉਹਨੂੰ ਜੇਲ੍ਹ ਭੇਜਿਆ ਇਸ ਫੌਜਾ ਸਿੰਘ ਸਰਾਰੀ ਨੂੰ ਉਹਨਾਂ ਨੇ 6-7 ਮਹੀਨੇ ਲਾਏ ਨੇ ਉਹਨੂੰ ਬਚਾਉਂਦੇ ਰਹੇ ਕੇਜਰੀਵਾਲ ਬਚਾਉਂਦਾ ਰਿਹਾ ਸਾਰੇ ਬਚਾਉਂਦੇ ਰਹੇ ਕਾਰਨ ਕੀ ਹੈ ਮੈਨੂੰ ਨਹੀਂ ਪਤਾ ਸ਼ਾਇਦ ਪੈਸੇ ਚੜਦੇ ਹੋਣਗੇ ਦਿੱਲੀ ਫੌਜਾ ਸਿੰਘ ਸਰਾਰੀ ਨੇ ਟਿਕਟ ਲਈ ਹੋਣੀ ਆ ਪੈਸੇ ਚਾੜੇ ਹੋਣੇ ਆ ਉਹਨੂੰ ਪਹੁੰਚਾਉਂਦੇ ਰਹੇ ਬਚਾਉਂਦੇ ਰਹੇ ਪਹੁੰਚਾਉਂਦੇ ਰਹ दबाव ਵਧਿਆ ਜਨਤਾ ਦਾ ਔਰ ਆਪੋਜੀਸ਼ਨ ਦਾ ਤੇ ਇਸ ਕਰਕੇ ਉਹਨੂੰ ਅੱਜ ਹਟਾਉਣਾ ਪਿਆ ਹੁਣ ਕੱਲਾ ਹਟਾਉਣ ਨਾਲ ਮਸਲਾ ਹੱਲ ਨਹੀਂ ਹੁੰਦਾ ਹਟਾਇਆ ਕਦ ਕਰਕੇ ਆ ਭਗਵੰਤ ਮਾਨ ਇਸੇ ਕਰਕੇ ਹਟਾਇਆ ਨਾ ਕਿ ਇਹਦੇ ਤੇ ਇਲਜ਼ਾਮ ਸੀ ਇਹਦੀ ਆਡੀਓ ਲੀਕ ਹੋ ਗਈ ਵਾਇਰਲ ਹੋਈ ਦੁਨੀਆ ਦੇ ਵਿੱਚ ਇਹਦਾ ਮਤਲਬ ਉਹਨੂੰ ਮੰਨਿਆ ਕਿ ਇਹ ਗੁਨਾਹਗਾਰ ਆ ਹੁਣ ਗੁਨਾਹਗਾਰ ਨੂੰ ਕੱਲਾ ਆਪ ਜੇ ਕੈਬਨਿਟ ਚੋਂ ਹਟਾ ਦਿੱਤਾ ਤੇ ਇਹਦਾ ਇਹਦਾ ਮਤਲਬ ਉਹਦਾ ਗੁਨਾਹ ਸਾਫ਼ ਹੋ ਗਏ ਗੁਨਾਹ ਮਾਫ਼ ਹੋ ਗਏ ਨੇ ਨਹੀਂ ਹੁਣ ਉਹਦੇ ਉੱਤੇ ਐਫ ਆਈ ਆਰ ਬਣਦੀ ਐ ਫੌਜਾ ਸਿੰਘ ਸਰਾਰੀ ਦੇ ਉੱਤੇ ਔਰ ਨਾਲ ਬੰਦੀ ਆ ਉਹਦੀ ਅਰੈਸਟ ਗ੍ਰਿਫਤਾਰੀ ਫਿਰ ਪਤਾ ਲੱਗੂਗਾ ਕਿ ਹਾਂ ਪੰਜਾਬ ਦੇ ਵਿੱਚ ਕੋਈ ਇਨਸਾਫ ਦੇ ਨਾਮ ਦੀ ਚੀਜ਼ ਹੈ ਸਰਕਾਰ ਕੋਈ ਕਰਪਸ਼ਨ ਦੇ ਖਿਲਾਫ ਲੜਨ ਦੀ ਮਾਦਾ ਰੱਖਣ ਵਾਲੀ ਸਰਕਾਰ ਇੱਥੇ ਹੈਗੀ ਆ ਤੇ ਜੇ ਉਹਦੇ ਤੇ ਐਫ ਆਈ ਆਰ ਨਹੀਂ ਕਰਦੇ ਤੇ ਜੇ ਉਹਨੂੰ ਗ੍ਰਿਫਤਾਰ ਨਹੀਂ ਕਰਦੇ ਇਹਦਾ ਮਤਲਬ ਇਹ ਆ ਤੇ ਇਹਦਾ ਮਤਲਬ ਸਿਰਫ ਕੈਬਨਿਟ 'ਚੋਂ ਹਟਾਉਣ ਦਾ ਜਿਹੜਾ ਹੈਗਾ ਇਹਦਾ ਮਤਲਬ ਹੈ ਕਿ ਸਿਰਫ ਆਈ ਵਾਸ਼ ਆ ਇੱਕ ਸਿਰਫ ਅੱਖਾਂ ਦਾ ਜਿਹਨੂੰ ਕਹਿੰਦੇ ਕਿ ਇੱਕ ਸਫਾਈ ਕੀਤੀ ਗਈ ਹੈ ਸਰਕਾਰ ਵੱਲੋਂ ਕਿ ਅਸੀਂ ਉਹਨੂੰ ਹਟਾ ਦਿੱਤਾ ਇਸ ਕਰਕੇ ਹੁਣ ਸਾਡੇ ਤੇ ਇਲਜ਼ਾਮ ਕੋਈ ਬਰਕਰਾਰ ਨਹੀਂ ਬਰਕਰਾਰ ਉਹ ਤੋਂ ਵੱਧ ਰਹਿਣਗੇ ਜੇ ਤੁਸੀਂ ਡਾਕਟਰ ਵਿਜੇ ਸਿੰਘ ਲਾ ਨੂੰ ਬਗੈਰ ਸਬੂਤ ਲੋਕਾਂ ਦੀ ਅਦਾਲਤ ਵਿੱਚ ਦਿੱਤੇ ਉਹਦੀ ਆਡੀਓ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਉਹ ਕੱਲੇ ਭਗਵੰਤ ਮਾਨ ਨੇ ਸੁਣੀ ਹੈ ਉਦੋਂ ਤੁਸੀਂ ਉਹਨੂੰ ਅਰੈਸਟ ਕੀਤਾ ਉਸ ਦੀ ਉਸ ਨੂੰ ਗ੍ਰਿਫਤਾਰ ਕੀਤਾ ਉਹਨੂੰ ਜੇਲ੍ਹ ਵਿੱਚ ਭੇਜਿਆ ਉਹਦੇ ਖਿਲਾਫ ਚਲਾਨ ਪੇਸ਼ ਕੀਤਾ ਬਿਲਕੁਲ ਉਸੇ ਤਰ੍ਹਾਂ ਨਾਲ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੀ ਸਰਕਾਰ ਅੱਗੇ ਵਾਕੇ ਹੀ ਇਮਾਨਦਾਰਾਂ ਦੀ ਸਰਕਾਰ ਹੈ ਤੇ ਫਿਰ ਉਹਨਾਂ ਨੂੰ ਫੌਜਾ ਸਿੰਘ ਸਰਾਰੀ ਦੇ ਖਿਲਾਫ ਤੁਰੰਤ ਗ੍ਰਿਫਤਾਰੀ ਉਹਦੀ ਅਰੈਸਟ ਉਹਦੇ ਖਿਲਾਫ ਅਦਾਲਤ ਵਿੱਚ ਚਲਾਨ ਪੇਸ਼ ਕਰਕੇ ਫਿਰ ਪੰਜਾਬ ਦੇ ਵਿੱਚ ਪਤਾ ਲੱਗੇਗਾ ਕਿ ਹਾਂ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਸੰਜੀਦਾ ਵਾ ਵੈਸੇ ਮੇਰਾ ਮੰਨਣਾ ਵਾ ਕਿ ਕੋਈ ਸਰਕਾਰ ਇਦਾਂ ਦੀ ਨਹੀਂ ਸੀ ਜਿਹੜੇ ਪਹਿਲੇ 10 ਮਹੀਨਿਆਂ ਵਿੱਚ ਦੋ ਮਿਨਿਸਟਰਜ਼ ਨੂੰ ਭ੍ਰਿਸ਼ਟਾਚਾਰ ਕਰਕੇ ਐਕਸਟਰਸ਼ਨ ਕਰਕੇ ਅਸਤੀਫਾ ਦੇਣਾ ਪਿਆ ਉਹਨੂੰ ਕੈਬਨਿਟ ਚੋਂ ਕੱਢਣਾ ਪਿਆ ਅਸਤੀਫਾ ਕੋਈ ਨਹੀਂ ਦਿੰਦਾ ਔਰ ਅੱਜ ਵੀ ਜਿਹੜਾ ਅਸਤੀਫਾ ਦਿੱਤਾ ਫੌਜਾ ਸਿੰਘ ਸਰਾਰੀ ਨੇ ਉਹਦੇ ਚ ਕੀ ਕੀਤੇ ਨੇ ਸਾਈਟ ਪਰਸਨਲ ਰੀਜ਼ਨਸ ਕਿ ਮੈਂ ਜ਼ਾਤੀ ਕਾਰਨਾ ਕਰਕੇ ਇਸਤਿਫਾ ਦੇ ਜ਼ਾਤੀ ਕਾਰਨ ਕੋਈ ਨਹੀਂ ਇਹਦੇ ਛੇਗਾ ਉਹ ਉਹੀ ਆਡੀਓ ਜਿਹੜੀ ਲੀਕ ਹੋਈ ਸੀ ਦੁਨੀਆ ਦੇ ਵਿੱਚ ਉਹਦੇ ਕਰਕੇ ਫੌਜਾ ਸਿੰਘ ਸਰਾੜੀ ਨੂੰ ਅੱਜ ਕੱਢਿਆ ਗਿਆ ਵਾ ਇਸ ਕਰਕੇ ਸਾਡੀ ਮੰਗ ਹੈ ਸਾਡੀ ਪੰਜਾਬ ਦੇ ਲੋਕਾਂ ਦੀ ਮੰਗ ਹੈ ਕਾਂਗਰਸ ਪਾਰਟੀ ਦੀ ਬਤੌਰ ਵਿਰੋਧੀ ਤੇ ਮੰਗਿਆ ਕਿ ਤੁਰੰਤ ਇਸ ਦੇ ਖਿਲਾਫ ਪਰਚਾ ਦਰਜ ਕਰਕੇ ਫੌਜਾ ਸਿੰਘ ਸਰਾੜੀ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਇਹਦੇ ਖਿਲਾਫ ਇੱਕ ਬਣਦਾ ਚਲਾਨ ਜਿਹੜਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਹੁਣ ਇੱਥੇ ਹੀ ਬਸ ਨਹੀਂ ਵੈਸੇ ਮੈਂ ਕਹਿਣਾ ਚਾਹੁੰਦਾ ਕਿ ਦੂਜਿਆਂ ਤੇ ਬਹੁਤ ਤੰਸਕਸਦੇ ਸੀ ਭਗਵੰਤ ਮਾਨ ਕੇਜਰੀਵਾਲ ਪਾਰਟੀ ਕੇ ਜੀ ਦੂਸਰੀਆਂ ਪਾਰਟੀਆਂ ਬੜੀਆਂ ਪਿਸ਼ਟ ਨੇ ਬੜੇ ਮਾੜੇ ਨੇ ਬਹੁਤ ਇਹਨਾਂ ਨੇ ਲੁੱਟਿਆ ਇਸ ਦੇਸ਼ ਨੂੰ ਇਸ ਪੰਜਾਬ ਨੂੰ ਤੇ ਤੁਹਾਡਾ ਤਾਂ 10 ਮਹੀਨਿਆਂ ਦੇ ਵਿੱਚ ਤੁਹਾਡੇ ਦੋ ਮਿਨਿਸਟਰ ਫੜੇ ਗਏ ਨੇ ਇਹਦਾ ਮਤਲਬ অলਮੋਸਟ 20% ਆਫ ਯਰ ਕੈਬਨਟ ਹੈਜ਼ ਬੀਨ ਐਸਟੈਬਲਿਸ਼ਡ ਐਸ ਕਰਪਟ ਵੀ ਫੀਸ ਦੀ ਤੁਹਾਡੀ ਕੈਬਨਟ ਕਰਪਟ ਅ ਅ ਸਵੀਕਾਰ ਕਰ ਚੁੱਕੇ ਹੋ ਤੁਸੀਂ ਆ ਹੁਣ ਅੱਗੇ ਮੈਂ ਤੁਹਾਡ ਨਾਲ ਜਿਹੜੀ ਗੱਲ ਕਰਨਾ ਚਾਹੁੰਦਾ ਇਹ ਤੋਂ ਵੀ ਜ਼ਿਆਦਾ ਸੰਜੀਦਾ ਹੈ ਕਿ ਜੇ ਤੁਸੀਂ ਹੁਣ ਭ੍ਰਿਸ਼ਟਾਚਾਰ ਦੇ ਖਿਲਾਫ ਵਾਕੇ ਹੀ ਸੰਜੀਦਾ ਹਾਂ ਸੀਰੀਅਸ ਹਾਂ ਤਾਂ ਫੇ ਕੱਲੀ ਤੁਸੀਂ ਵਿਰੋਧੀਆਂ ਦੇ ਖਿਲਾਫ ਐਕਸ਼ਨ ਨਹੀਂ ਕਰ ਸਕਦੇ ਠੀਕ ਆ ਫੋਟੋ ਸਭ ਨੂੰ ਜਿਨ੍ਹਾਂ ਲੋਕਾਂ ਨੇ ਗਲਤ ਕੰਮ ਕੀਤਾ ਚਾਹੇ ਉਹ ਕੋਈ ਕਾਂਗਰਸ ਦਾ ਵਾ ਚਾਹੇ ਕੋਈ ਅਕਾਲੀ ਆ ਚਾਹੇ ਕੋਈ ਇਸੇ ਹੋਰ ਪਾਰਟੀ ਨਾਲ ਤੋਲਕ ਰੱਖਦਾ ਵਾ ਕੋਈ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਸਾਡਾ ਸੂਬਾ ਅੱਗੇ 3 ਲੱਖ ਕਰੋੜ ਦਾ ਕਰਜ਼ੇ ਹੀ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਸੱਤਾ ਤੁਹਾਡੇ ਕੋਲ ਹੈ ਤਾਂ ਸਿਰਫ ਵਿਰੋਧੀਆਂ ਦੇ ਖਿਲਾਫ ਹੀ ਐਕਸ਼ਨ ਹੋਣਾ ਵਾ ਪਹਿਲਾਂ ਆਪਣੇ ਲਵਲੀ ਯੂਨੀਵਰਸਿਟੀ ਫਗਵਾੜਾ ਇਹਨਾਂ ਦਾ ਜਿਹੜਾ ਮਾਲਕ ਹੈ ਅਸ਼ੋਕ ਮਿੱਤਲ ਅੱਜ ਉਹ ਮੈਂਬਰ ਪਾਰਲੀਮੈਂਟ ਹੈ ਆਮ ਆਦਮੀ ਪਾਰਟੀ ਦਾ ਕਿੱਦਾਂ ਬਣਿਆ ਆਮ ਆਦਮੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਹੈ ਸਾਰੀ ਦੁਨੀਆ ਨੂੰ ਪਤਾ ਵਾ ਉਹਦਾ ਕੋਈ ਆਮ ਆਦਮੀ ਪਾਰਟੀ ਨਾਲ ਦੂਰ ਦੂਰ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਉਹਨੇ ਕੋਈ ਕੰਮ ਨਹੀਂ ਕੀਤਾ ਉਹਦੀ ਵਿਚਾਰਧਾਰਾ ਕੋਈ ਨਹੀਂ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਲekin ਉਹਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਉਹਦੇ ਨਾਲ ਹੋਰ ਵੀ ਬਣਾਏ ਗਏ ਇੱਧਰ ਉੱਧਰ ਸਨੀ ਅਰੋੜੇ ਅਰਗੇਰਾ ਲੁਧਿਆਣੇ ਤੋਂ ਹੋਰ ਗੈਰ ਪੰਜਾਬੀ ਵੀ ਬਣਾਏ ਚਲੋ ਉਸ ਗੱਲ ਨੂੰ ਛੱਡ ਦਿੰਦੇ ਆਪਾਂ ਲੇਕਿਨ ਇਸ ਅਸ਼ੋਕ ਮਿੱਤਲ ਦੇ ਕੋਲ 13 ਏਕੜ ਜ਼ਮੀਨ ਚਿਹੜੂ ਪਿੰਡ ਦੀ ਚਿਹੜੂ ਪਿੰਡ ਫਗਵਾੜੇ ਦਾ ਸਾਡੇ ਜ਼ਿਲ੍ਹਾ ਕਪੂਰਥਲਾ ਦਾਵਾ 100 ਕਰੋੜ ਰੁਪਏ ਦੀ ਦੋਸਤੋ 100 ਕਰੋੜ ਰੁਪਏ ਦੀ ਜ਼ਮੀਨ ਹੈ 100 ਕਰੋੜ ਸੀ ਜਿਹੜੀ ਉਹਨੇ ਆਪਣੇ ਪਹਿਲਾਂ ਹੀ ਯੂਨੀਵਰਸਿਟੀ ਦੇ ਕਬਜ਼ੇ ਵਿੱਚ ਲਈ ਹੋਈ ਸੀ ਜਦੋਂ ਉਹਨੇ 2067 ਵਿੱਚ ਯੂਨੀਵਰਸਿਟੀ ਬਣਾਉਣੀ ਸ਼ੁਰੂ ਕੀਤੀ ਪਹਿਲਾਂ ਹੀ ਸੀਗੀ ಗ್ರಾಮ ਪੰਚਾਇਤ ਦੇ। ਔਰ ਉਤ ਤੋਂ ਬਾਅਦ ਉਹਨਾਂ ਨੇ ਦਬਾਅ ਪਾ ਕੇ ਪੰਚਾਇਤ ਦੇ ਉੱਤੇ ਸਰਕਾਰ ਦਾ ਤੇ ਆਪਣੇ ਪੈਸੇ ਦਾ ਇਸਤੇਮਾਲ ਕਰਕੇ ਚਿਹੜੂ ਦੇ ਨਾਲ ਤਬਾਦਲਾ ਸ਼ੋ ਕਰਤਾ ਕਿ ਅਸੀਂ ਐਕਸਚੇਂਜ ਕਰ ਲਿਆ। ਚਿਹੜੂ ਦੀ 13 ਏਕੜ ਜ਼ਮੀਨ ਯੂਨੀਵਰਸਿਟੀ ਵਿੱਚ ਜਿਹੜੀ ਲਈ ਗਈ ਉਹ 100 ਕਰੋੜ ਰੁਪਏ ਦੀ ਉਹਨਾਂ ਨੂੰ 13 ਏਕੜ ਜ਼ਮੀਨ ਦਿੱਤੀ ਵੇਂ ਦੇ ਕੱਡੇ ਦੇ ਉੱਤੇ ਜਿਹੜੀ ਬਿਲਕੁਲ ਹੜ ਮਾਰੂ ਜ਼ਮੀਨ ਸੀਗੀ। ਜਿਹੜੀ ਬਿਲਕੁਲ ਜ਼ੀਰੋ ਵੈਲਿਊ ਸਿਰਫ 2 ਕਰੋੜ ਰੁਪਏ ਦੀ ਵੈਲਿਊ ਮਤਲਬ 98 ਕਰੋੜ ਰੁਪਏ ਦਾ ਲਾਹਾ ਲਿਆ लवली ਯੂਨੀਵਰਸਿਟੀ ਦੇ ਮਾਲਕ ਅਸ਼ੋਕ ਮਿੱਤਲ ਨੇ ਚਿਹੜੂ ਪਿੰਡ ਦੇ ਨਾਲ ਤਬਾਦਲਾ ਸ਼ੋਅ ਕਰ ਦਿੱਤਾ ਲੇਕਿਨ ਤਬਾਦਲਾ ਤਾਂ ਜਿਹੜਾ ਮਨਜ਼ੂਰ ਹੁੰਦਾ 2016 ਵਿੱਚ ਬਿਲਡਿੰਗ ਪਹਿਲਾਂ ਹੀ ਖੜੀ ਹੋ ਜਾਂਦੀ ਹੈ ਉੱਥੇ ਵੱਡੀਆਂ-ਵੱਡੀਆਂ ਬਿਲਡਿੰਗਾਂ ਖੜੀਆਂ ਹੋ ਜਾਂਦੀਆਂ लवली ਯੂਨੀਵਰਸਿਟੀ ਦੇ ਅੰਦਰ 2006-7 ਦੇ ਵਿੱਚ 10 ਸਾਲ ਬਾਅਦ ਤਬਾਦਲਾ ਮਨਜ਼ੂਰ ਹੁੰਦਾ ਤਬਾਦਲੇ ਤੋਂ ਬਾਅਦ ਚੇਂਜ ਆਫ ਲੈਂਡ ਯੂਜ਼ ਸੀ ਐਲ ਯੂ ਜਿਹੜਾ ਕਿ ਆਮ ਜਨਤਾ ਨੂੰ ਕਹਿੰਦੇ ਛੋਟੇ-ਛੋਟੇ ਦੁਕਾਨਦਾਰਾਂ ਨੂੰ ਛੋਟੀ ਜੀ ਇੰਡਸਟਰੀ ਲਾਉਣੀ ਆ ਕਿਸੇ ਕਸਬੇ ਵਿੱਚ ਕਿਸੇ ਸ਼ਹਿਰ ਵਿੱਚ ਉਹਨਾਂ ਕਹਿੰਦੇ ਸੀ ਐਲ ਯੂ ਤੋਂ ਬਗੈਰ ਤਾਂ ਉਹਨੂੰ ਲੈਂਡ ਨਹੀਂ ਦਿਵਾਂਗੇ ਲੇਕਿਨ ਇਸ ਵੱਡੇ ਆਦਮੀ ਨੇ ਆਮ ਆਦਮੀ ਪਾਰਟੀ ਦੇ ਮੈਂਬਰ ਰਾਜਸਭਾ ਕੇਜਰੀਵਾਲ ਦੇ ਚੇਲੇ ਨੇ ਪਹਿਲਾਂ ਕਬਜ਼ਾ ਕੀਤਾ ਪੰਚਾਇਤੀ ਜ਼ਮੀਨ ਤੇ ਫਿਰ ਬਿਲਡਿੰਗਾਂ ਉਹ ਸਾਰੀਆਂ ਤੇ ਫਿਰ ਉਸ ਤੋਂ ਬਾਅਦ 10 ਸਾਲ ਬਾਅਦ ਤਬਾਦਲਾ ਕਰਾਇਆ ਤੇ ਉਸ ਤੋਂ ਬਾਅਦ ਚੇਂਜ ਆਫ ਲੈਂਡ ਯੂਜ਼ ਰਿਹਾ ਔਰ ਇਸ ਤਬਾਦਲੇ ਵਿੱਚ ਨਾਨਕਨਗਰੀ ਪੰਚਾਇਤ ਜਿਹੜੀ ਨਿਕਲੀ ਝਿਹੜੂ ਪਿੰਡ ਵਿੱਚੋਂ 1998 ਚੋਂ ਦੋ ਪੰਚਾਇਤਾਂ ਨਿਕਲੀਆਂ ਝਿਹੜੂ ਵਿੱਚੋਂ ਇੱਕ ਝਿਹੜੂ ਪਿੰਡ ਦੀ ਰਹੀ ਪੰਚਾਇਤ ਇੱਕ ਨਾਨਕਨਗਰੀ ਨਾਨਕਨਗਰੀ ਨੇ ਅੱਜ ਤੱਕ ਉਸ ਤਬਾਦਲੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਉਹ ਹਾਈ ਕੋਰਟ ਗਏ ਨੇ ਹਾਈ ਕੋਰਟ ਵਿੱਚ ਇਹਨਾਂ ਨੇ ਦਬਾਅ ਪਾ ਕੇ ਪਿਛਲੇ ਸਰਪੰਚ ਤੋਂ ਉਹ ਕੇਸ ਵਾਪਸ ਕਰਾਤਾ ਵਾ ਹਾਈ ਕੋਰਟ 'ਚੋਂ ਅਸੀਂ ਉਹ ਵਾਪਸ ਕੇਸ ਹੁਣ ਬਹਾਲ ਕਰਾਇਆ ਦੁਬਾਰਾ ਉਹ ਲੱਗੇਗਾ ਕੇਸ ਜਨਵਰੀ ਫ फेब्रुवारी ਵਿੱਚ ਹਾਈ ਕੋਰਟ 'ਚ ਲੱਗਣ ਵਾਲਾ ਵਾ ਲੇਕਿਨ ਇਹਨਾਂ ਨੇ ਤਬਾਦਲਾ ਆਪੇ ਇੱਕ ਤਰਫਾ ਹੀ ਤੇ ਕੁਲਦੀਪ ਸਿੰਘ ਢਾਲੀਵਾਲ ਕਿੱਲੇ ਕਿੱਲੇ ਦੋ ਦੋ ਕਿੱਲੇ ਆਣੇ ਨੇ ਜ਼ਮੀਨ ਛਟਾਉਂਦਾ ਫਿਰਦਾ ਜਾ ਕੇ ਪਿੰਡਾਂ ਚ ਮਤਲਬ ਕੀ ਕਹਿੰਦੇ ਹੁੰਦੇ ਪੰਜਾਬੀ ਵਿੱਚ ਛੋਟੇ ਛੋਟੇ ਕਿਸਾਨਾਂ ਨੂੰ ਤੰਗ ਕਰ ਰਿਹਾ ਕਿ ਕਬਜ਼ਾ ਛੱਡੋ ਸੈਂਕੜੇ ਪਰਿਵਾਰ ਉਜਾੜ ਦਿੱਤੇ ਇੱਕ ਸਿਮਰਨਜੀਤ ਸਿੰਘ ਮਾਨ ਦੇ ਨਾਲ ਤੁਲਕ ਰੱਖਣ ਵਾਲਾ ਪਿੰਡ ਚ ਚੰਡੀਗੜ੍ਹ ਦੇ ਲੱਗੇ ਉਹਦਾ ਮੈਂ ਪਿੰਡ ਦਾ ਨਾਮ ਭੁੱਲ ਗਿਆ ਤੇ ਹੋਰ ਬਹੁਤ ਸਾਰੇ ਪਿੰਡਾਂ ਚੋਂ ਜਾ ਕੇ ਛੋਟੇ ਛੋਟੇ ਕਿਸਾਨਾਂ ਨੂੰ ਅਪਰੂਵ ਕਰਦਾ ਪੰਚਾਇਤ ਦੀ ਜ਼ਮੀਨ ਛੱਡੋ ਤੇ ਤੁਹਾਡੇ ਐਮਪੀ ਨੇ ਇਸ ਅਸ਼ੋਕ ਮਿੱਤਲ ਲਵਲੀ ਅ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਦੇ ਵਿੱਚ ਚਲੰਦਰ ਦੇ ਵਿੱਚ 100 ਕਰੋੜ ਦੀ ਜ਼ਮੀਨ ਕਬਜ਼ਾ ਕੀਤਾ ਤੁਸੀਂ ਉਹ ਤੋਂ ਕੋਈ ਛਡਾਈ ਨਹੀਂ ਮਾਨ ਸਾਹਿਬ ਜਦ ਤੱਕ ਤੁਸੀਂ ਉਹ ਜ਼ਮੀਨ ਨਹੀਂ ਛਡਾਉਂਗੇ ਉਦੋਂ ਤੱਕ ਇਹ ਨਹੀਂ ਮੰਨਿਆ ਜਾ ਕੇ ਤੁਸੀਂ ਅ ਈਮਾਨਦਾਰ ਬੰਦੇ ਹੋ ਕੱਲਾ ਇੱਕ ਤੁਹਾਡਾ ਰਾਜ ਸਭਾ ਮੈਂਬਰ ਨਹੀਂ ਬਲਬੀਰ ਸਿੰਘ ਸਿਚੇਵਾਲ ਮੈਂਬਰ ਰਾਜ ਸਭਾ ਜਿਹਨੂੰ ਆਪਾਂ ਕਹਿੰਦੇ ਕਿ ਬਹੁਤ ਵੱਡਾ ਜੀ ਉਹੋ ਕਰਦੇ ਨੇ ਕੀ ਕਹਿੰਦੇ ਐਨਵਾਇਰਨਮੈਂਟਲਿਸਟ ਆ ਪੰਜਾਬ ਦਾ ਇੱਕ ਬਹੁਤ ਸਿਰਕਟ ਵਿਅਕਤੀ ਆ ਜਿਹੜਾ ਪੰਜਾਬ ਦਾ ਵਾਤਾਵਰਣ ਪ੍ਰੇਮੀ ਆ ਉਹਦੇ ਕੋਲ 23 ਏਕੜ ਜ਼ਮੀਨ ਆ ਸultanpur ਦੇ ਨੇੜੇ ਕਪੂਰਥਲਾ ਜ਼ਿਲ੍ਹੇ ਜਾਂ ਸ਼ਾਹਕੋਟ ਦੇ ਏਰੀਏ ਦੇ ਵਿੱਚ ਮੈਂ ਉਹ ਪਿੰਡ ਦਾ ਨਾਮ ਦੱਸ ਚੁੱਕਾ ਆ ਆਲਰੇਡੀ 23 ਏਕੜ ਜ਼ਮੀਨ ਉਹ ਕਹਿੰਦਾ ਜੀ ਮੈਂ ਤਾਂ ਉੱਥੇ ਸਿਰਫ ਗਾਈਆਂ ਪਾਲ ਰਿਹਾ ਹਾਂ ਜੀ ਗਾਈਆਂ ਪਾਲਣਾ ਸਿੱਚੇਵਾਲ ਸਾਹਿਬ ਤੁਹਾਡਾ ਕੰਮ ਨਹੀਂਗਾ ਗਾਈਆਂ ਦੇ ਪੈਸੇ ਗਾ ਗਾਵਾਂ ਨੂੰ ਪਾਲਣ ਆਸਤੇ ਉਹਦੇ ਪਾਲਣ ਪੋਸ਼ਣ ਲਈ ਉਹਦੀ ਗਊਸ਼ਾਲਾ ਬਣਾਉਣ ਵਾਸਤੇ ਸਾਡੇ ਹਰ ਬਿਜਲੀ ਦੇ ਬਿੱਲ ਵਿੱਚੋਂ 0.8% ਸੈਸ ਕੱਟੀ ਜਾਂਦੀ ਆ ਸਾਡੇ ਕੋਲੋਂ ਹਰ ਜਿਹੜਾ ਬਿਜਲੀ ਦਾ ਬਿੱਲ ਦਿੰਦਾ ਉਹਦੇ ਕੋਲ 0.8% ਦੀ ਸੈਸ ਕੱਟੀ ਜਾਂਦੀ ਹਰ ਸ਼ਰਾਬ ਦੀ ਬੋਤਲ ਦੇ ਉੱਤੇ ਗਊ ਸੈਸ ਲੱਗੀ ਹੋਈ ਆ ਇਹ ਕੰਮ ਸਰਕਾਰ ਦਾ ਵਾ ਸਿਚੇਵਾਲ ਸਭਾ ਤੁਹਾਡਾ ਨਹਿਗਾ ਨਾ ਇਹਨਾਂ ਨੇ ਸਿਚੇਵਾਲ ਕੋਲੋਂ ਜ਼ਮੀਨ ਛੁਡਾਈ ਪੰਚਾਇਤ ਦੀ ਤਾਲੀਵਾਲ ਸਾਹਿਬ ਤੇ ਨਾ ਤੁਸੀਂ ਛਡਾਈ ਹੈਗੀ ਆ लवली ਯੂਨੀਵਰਸਿਟੀ ਦੇ ਮਾਲਕ ਅਸ਼ੋਕ ਮਿੱਤਲ ਦੇ ਕੋਲੋਂ ਇਸ ਕਰਕੇ ਜਦ ਤੱਕ ਤੁਸੀਂ ਆਪਣੇ ਬੰਦਿਆਂ ਦੇ ਖਿਲਾਫ ਐਕਸ਼ਨ ਨਹੀਂ ਲਵੋਗੇ ਤੇ ਕੱਲਾ ਵਿਰੋਧੀਆਂ ਦੇ ਖਿਲਾਫ ਕਾਂਗਰਸੀਆਂ ਖਿਲਾਫ ਅਕਾਲੀਆਂ ਦੇ ਖਿਲਾਫ ਜੀ ਸਤਕੇ ਲੋ ਉਹਨਾਂ ਦੇ ਖਿਲਾਫ ਐਕਸ਼ਨ ਆਪਣੇ ਬੰਦਿਆਂ ਦੇ ਵੀ ਖਿਲਾਫ ਐਕਸ਼ਨ ਲਵੋ ਇਸ ਕਰਕੇ ਅੱਜ ਸਾਡੀ ਮੰਗਿਆ ਦੋ ਮੰਗਾ ਮੇਰੀਆਂ ਨੇ ਔਰ ਸਾਡੀ ਪਾਰਟੀ ਵੱਲੋਂ ਮੰਗਿਆ ਕਿ ਇੱਕ ਤਾਂ ਫੌਜਾ ਸਿੰਘ ਸਰਾਰੀ ਦੇ ਖਿਲਾਫ ਐਫ ਆਈ ਆਰ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਤੁਰੰਤ ਨੰਬਰ 2 लवली यूनिवर्सिटी ਦੇ ਕੋਲੋਂ 100 ਕਰੋੜ ਰੁਪਏ ਦੀ ਜ਼ਮੀਨ ਛਡਵਾ ਕੇ 100 ਕਰੋੜ ਦੀ ਜ਼ਮੀਨ ਛਡਵਾ ਕੇ ਬਣਦੀ ਕ੍ਰਿਮੀਨਲ ਕਾਰਵਾਈ लवली यूनिवर्सिटी ਦੇ ਮਾਲਕ ਅਸ਼ੋਕ ਮਿੱਤਲ ਦੇ ਖਿਲਾਫ ਕੀਤੀ ਜਾਵੇ ਅਤੇ ਉਹਨਾਂ ਅਫਸਰਾਂ ਦੇ ਖਿਲਾਫ ਕੀਤੀ ਜਾਵੇ ਜਿਨ੍ਹਾਂ ਨੇ 10 ਸਾਲ ਤੋਂ ਬਾਅਦ ਬਿਲਡਿੰਗਾਂ ਉਸਾਰਨ ਤੋਂ ਬਾਅਦ ਉਹਨੂੰ ਚੇਂਜ ਆਫ ਲੈਂਡ ਯੂਜ਼ ਦਿੱਤਾ ਵਾ ਉਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਬਲਬੀਰ ਸਿੰਘ ਸੀਚੇਵਾਲ ਸੰਤ ਬਲਬੀਰ ਸਿੰਘ ਸੀਚੇਵਾਲ ਵਾਤਾਵਰਣ ਪ੍ਰੇਮੀ ਜਿਹੜੇ ਕਿ ਹੁਣ ਹੈ ਨਹੀਂਗੇ ਜਿਹੜੇ ਭੱਜ ਚੁੱਕੇ ਨੇ ਵਾਤਾਵਰਨ ਪ੍ਰੇਮੀ ਤਾਂ ਬੈਠੇ ਨੇ ਜ਼ੀਰਾ ਡਿਸਟਿਲਰੀ ਦੇ ਬਾਹਰ ਲੜਾਈ ਲੜ ਰਹੇ ਨੇ ਪਿਛਲੇ 5 ਮਹੀਨਿਆਂ ਤੋਂ ਜਿਹੜਾ ਪਾਣੀ ਪ੍ਰਦੂਸ਼ਿਤ ਕਰ ਰੀਆਂ ਇੰਡਸਟਰੀਜ਼ ਡਿਸਟਿਲਰੀਆਂ ਬੜੇ ਵੱਡੇ ਵੱਡੇ ਬੰਦਿਆਂ ਦੀਆਂ ਡਿਸਟਿਲਰੀਆਂ ਨੇ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਆਦਮੀਆਂ ਦੀਆਂ ਇੰਡਸਟਰੀਜ਼ ਜਿਹੜੀਆਂ ਪੰਜਾਬ ਦੇ ਜ਼ਮੀਨੀ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੀਆਂ ਨੇ ਕੈਂਸਰ ਫਲਾ ਰੀਆਂ ਨੇ ਬਿਮਾਰੀਆਂ ਫਲਾ ਰੀਆਂ ਨੇ ਉਹ ਉਹ ਵਾਤਾਵਰਨ ਪ੍ਰੇਮੀ ਜਿਹੜਾ ਭੱਜ ਚੁੱਕਾ ਉਹਦੇ ਖਿਲਾਫ ਬਣਦੀ ਕਾਰਵਾਈ ਕਰਕੇ ਉਹ ਤੋਂ ਜ਼ਮੀਨ ਜਿਹੜੀ ਸੁਲਤਾਨਪੁਰ ਲੋਧੀ ਜਾਂ ਸ਼ਾਹਕੋਟ ਦੇ ਵਿੱਚ ਜਿਹੜੀ ਜ਼ਮੀਨ ਹੈ ਕਿ ਜਿਸ ਪਿੰਡ ਦਾ ਰਕਬਾ ਦਾ ਵੇਰਵਾ ਮੈਂ ਸਾਰਾ ਦੇ ਚੁੱਕਾ ਚਿੱਠੀ ਲਿਖ ਚੁੱਕਾ ਭਗਵੰਤ ਸਿੰਘ ਮਾਨ ਤੁਹਾਨੂੰ ਉਹ ਜ਼ਮੀਨ ਛਡਾਈ ਜਾਵੇ ਪੂਰਨ ਆਸ ਹੈ ਕਿ ਇਹ ਜਿਹੜੀ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਕੇਜਰੀਵਾਲ ਕੇ ਅੰਦਰ ਸੀ ਦੁੱਧ ਤੋਤੇ ਆ ਅਗਰ ਤੁਸੀਂ ਦੁੱਧ ਤੋਤੇ ਹੋ ਤਾਂ ਫਿਰ ਆ ਜਿਹੜੇ ਦੋ ਬੰਦਿਆਂ ਦਾ ਨਾਮ ਲਿਆ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਜ਼ਮੀਨਾਂ ਛਡਾਓ ਪੰਚਾਇਤ ਦੀਆਂ ਤੇ ਸਰਾਰੀ ਦੇ ਖਿਲਾਫ ਐਫ ਆਈ ਆਰ ਕਰਕੇ ਉਹਨੂੰ ਗ੍ਰਿਫਤਾਰ ਕਰਕੇ ਤੇ ਉੱਤੇ ਪਰਚਾ ਦਰਜ ਕਰੋ ਤੇ ਨਾਲ ਚਲਾਨ ਪੇਸ਼ ਕੋਲ ਅਦਾਲਤ ਫਿਰ ਅਸੀਂ ਮੰਨਾਂਗੇ ਕਿ ਹਾਂ ਤੁਸੀਂ ਈਮਾਨਦਾਰ ਅਸਲ ਕਹਾਣੀ ਕੀ ਕਿ ਇਮਾਨਦਾਰ ਇਮਾਨਦਾਰ ਕੋਈ ਨਹੀਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੋ ਰਿਹਾ ਹਰ ਪਾਸੇ ਹਹਾਕਾਰ ਹੈ ਇਹਨਾਂ ਦੇ ਐਮ ਐਲ ਏ ਸ ਤੇ ਬਹੁਤ ਪਾਰੀ ਇਲਜ਼ਾਮ ਹੈ ਸਿਰਫ ਹੁਣ ਕਿਉਂਕਿ ਭਗਵੰਤ ਸਿੰਘ ਮਾਨ ਲੋਕਾਂ ਦੀ ਅਦਾਲਤ ਵਿੱਚ ਡਰਦਾ ਵਾ ਔਰ ਇਹ ਇੱਕ ਕਿਸਮ ਦਾ ਮੁਜਰਮ ਸਾਬਤ ਹੋ ਰਹੇ ਨੇ ਜਿਸ ਢੰਗ ਦੇ ਨਾਲ ਇਹਨਾਂ ਨੇ ਲੋਕਾਂ ਦੇ ਮਕਾਨ ਟਾਇਨੇ ਲਤੀਫਪੁਰਾ ਦੇ ਵਿੱਚ ਸੁਪਰੀਮ ਕੋਰਟ ਨੇ ਹਲਦਵਾਨੀ ਦੇ ਮਕਾਨ ਬਚਾਏ ਨੇ ਜਾ ਕੇ ਉੱਥੇ 50 ਹਜ਼ਾਰ ਮੁਸਲਮਾਨ ਨੂੰ ਅਪਰੂਵ ਕਰ ਰਹੀ ਸੀ ਸਰਕਾਰ ਉੱਥੋਂ ਦੀ ਜਾਣਬੁੱਝ ਕੇ ਸੁਪਰੀਮ ਕੋਰਟ ਨੇ ਬਚਾਇਆ ਤੇ ਇਹਨਾਂ ਨੇ ਸੁਪਰੀਮ ਕੋਰਟ ਦਾ ਵੇਰਵਾ ਦੇਖ ਕੇ ਆਪਣੇ 50 60 70 100 ਬੰਦੇ ਦਾ ਮਕਾਨ ਢਾਹਤਾ ਇੱਥੇ ਪੰਜਾਬ ਦੇ ਵਿੱਚ ਇਸ ਕਰਕੇ ਡਰਦਿਆਂ ਨੇ ਫੈਸਲਾ ਲਿਆ ਵਾ ਸਰਾਰੀ ਦਾ ਔਰ ਆਪੋਜੀਸ਼ਨ ਦਾ ਰੋਲ ਹੈ ਇਹਦੇ ਵਿੱਚ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਕਾਂਗਰਸ ਦੇ ਐਮਐਲਏਜ਼ ਨੇ ਵਿਧਾਨ ਸਭਾ ਅਸੀਂ ਬਿਲਕੁਲ ਅਦਾ ਚੋਕ ਕਰ ਦਿੱਤੀ ਸੀਗੀ ਪਰ ਇਸ ਤੋਂ ਬਾਅਦ ਜੇ ਤੁਸੀਂ ਸਰਾਰੀ ਦੇ ਖਿਲਾਫ ਪੁਖਤਾ ਕਾਰਵਾਈ ਨਹੀਂ ਕਰੋਗੇ ਤੇ लवली ਯੂਨੀਵਰਸਿਟੀ ਦੇ ਖਿਲਾਫ 100 ਕਰੋੜ ਰੁਪਏ ਦੀ ਜ਼ਮੀਨ ਨਹੀਂ ਛਡਾਉਂਗੇ ਤੇ ਸੰਤ ਬਲਬੀਰ ਸਿੰਘ ਚਿਚੇਵਾਲ ਅਖੋਤੀ ਵਾਤਾਵਰਨ ਪ੍ਰੇਮੀ ਕੋਲ ਜ਼ਮੀਨ ਨਹੀਂ ਛਡਾਉਂਗੇ ਤਾਂ ਇਹਦਾ ਮੰਨਿਆ ਜਾਊਗਾ ਕਿ ਤੁਸੀਂ ਫਰਜੀ ਇਨਕਲਾਬੀ ਹੋ ਤਾਂ ਹੀ ਉਹ ਤੁਹਾਨੂੰ ਅਸੀਂ ਤੁਹਾਡਾ ਨਾਮ ਫਰਜੀ ਇਨਕਲਾਬੀ ਰੱਖਿਆ ਸੀਗਾ ਤਾਂ ਹੀ ਉਹ ਤੁਹਾਨੂੰ ਅਸੀਂ ਬੁੱਕਰ ਵਾਲੀ ਪਾਰਟੀ ਕਹਿੰਨੇ ਆ ਇਹ ਹੁਣ ਪਤਾ ਲੱਗੂ ਆਉਣ ਵਾਲੇ ਦਿਨਾਂ 'ਚ ਤੁਸੀਂ ਕੀ ਕਰਦੇ ਹੋ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਅਗਰ ਤੁਹਾਨੂੰ ਲੱਗਦਾ ਕਿ ਮੈਂ ਗੱਲ ਠੀਕ ਕਹੀ ਹੈ ਤੇ ਸਾਰਿਆਂ ਨੂੰ ਵੱਧ ਤੋਂ ਵੱਧ ਮੇਰੀ ਬੇਨਤੀ ਹੈ ਕਿ ਇਹਨੂੰ ਸ਼ੇਅਰ ਕਰੋ ਔਰ ਆ ਉਹਨਾਂ ਨੂੰ ਕਹਿਣਾ ਚਾਹਣਾ ਕਿ ਤੁਹਾਡੀ ਵਾਰੀ ਕਦੇ ਨਹੀਂ ਹੋਣੀ ਪਹਿਲਾਂ ਵੀ ਕਿਹਾ ਤੁਹਾਨੂੰ ਹੁਣ ਫੇਰ ਕਹਿਣਾ ਸਾਰੇ ਬੰਦੇ ਬਾਹਰੋਂ ਲਿਆ ਕੇ ਬਿਠਾ ਦਿੰਦੇ ਇਹਨਾਂ ਦਿੱਲੀ ਦੇ ਸੈਕਟਰੀਅਟ ਚਲ ਜਾਓ ਤੁਸੀਂ ਸ਼ਾਇਦ ਕੋਈ ਮਿਸਟਰ ਨਵਲ ਬਿਠਾਇਆ ਇਹਨਾਂ ਨੇ ਸਰਕਾਰੀ 8ਵੇਂ ਫਲੋਰ ਦੇ ਉੱਤੇ ਉਹਨੂੰ ਸਰਕਾਰ ਉਹ ਚੀਫ ਸੈਕਟਰੀ ਦੀ ਮੀਟਿੰਗ ਵਿੱਚ ਬੈਠਾ ਵਾ ਰਾਗਵ ਚੱਡਾ ਜਿਹਦਾ ਸਾਡੇ ਨਾਲ ਕੋਈ ਲਿੰਕ ਨਹੀਂਗਾ ਉਹਨੂੰ 50 ਨੰਬਰ ਕੋਠੀ ਸੈਕਟਰ 2 ਵਿੱਚ ਦਿੱਤੀ ਹੋਈ ਹੈ ਉਹਨੂੰ ਸਾਰੇ ਕਾਨੂੰਨ ਨੂੰ ਛਿੱਕੇ ਤੇ ਤਾਂ ਕਿ ਉਹਨੂੰ ਰਾਹ ਬਣਾ ਰਹੇ ਨੇ ਉਹਦੇ ਕੋਠੀ ਨੂੰ ਆ ਇਹਨਾਂ ਦਾ ਕਿਰਦਾਰ ਆ ਜਿਹੜੇ ਕਹਿੰਦੇ ਅਸੀਂ ਆਮ ਆਦਮੀ ਇਹਨਾਂ ਨਾਲੋਂ ਕੋਈ ਖਾਸ ਬੰਦਾ ਨਹੀਂ ਪੰਜਾਬ ਦੇ ਵਿੱਚ ਹੈਗਾ ਪਰ ਫਿਰ ਵੀ ਅੱਜ ਮੇਰਾ ਟਾਰਗੇਟ ਜਿਹੜਾ ਸੀਗਾ ਅਤੇ ਟੀਚਾ ਜਿਹੜਾ ਸੀਗਾ ਤੇ ਮੁੱਦਾ ਜਿਹੜਾ ਸੀਗਾ ਉਹ ਸਰਾਰੀ ਨੂੰ ਗ੍ਰਿਫਤਾਰ ਕਰੋ ਤੇ लवली ਯੂਨੀਵਰਸਿਟੀ ਦੇ ਸੀਚੇਵਾਲ ਦੇ ਖਿਲਾਫ ਕਾਰਵਾਈ ਕਰੋ ਤੁਹਾਡਾ ਸਾਰਿਆਂ ਦਾ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ